ਸਰਸਾ ਸ਼ਹਿਰ ਦੀਆਂ ਸੰਗਤਾਂ ਦਾਕਾ ਨਿਵਾਸੀ ਸੰਗਤਾਂ ਬਤੇ ਬੁਲਾਈਏ ਅਤੇ ਸਾਂਝੀ ਕਰੀਏ ਇੱਕ ਵਾਰ ਮਿਲੇ ਨੇ ਜਿਸ ਦੇ ਵਿੱਚੋਂ 5 ਮਿੰਟ ਲੱਗ ਚੁੱਕੇ ਹਨ ਕਹੀਏ ਐਨੀ ਤਪੱਸਿਆ ਕੀਤੀ ਆਪ ਲੋਕ ਦੇ ਵਿੱਚ ਭੇਜਣਾ ਚਾਹੁੰਦੇ ਤੇਰੇ ਤੋਂ ਪਹਿਲਾਂ ਮੈਂ ਨੇਗਾ ਦੇਵੀ ਦੇਵਤੇ ਭੇਜ ਚੁੱਕਿਆ ਹਾਂ ਉਹ ਮੈਨੂੰ ਭੁੱਲਣਾ ਮਨਜ਼ੂਰ ਹੈ ਆਓ ਤੁਸਤ ਦਮਨ ਆਕਾਰ ਦੇ ਚਾ ਜੁਨੀਆਂ ਵਾਲਾ ਘੜੀਆ ਕਾਹੇ ਕਿਉਂ ਵਿਆਹ ਇਹਨਾਂ ਦਾ ਇਤਿਹਾਸ ਵਿੱਚ ਵੱਡਾ ਨਾਂ ਹੈ।
ਜਦੋਂ ਅਨੰਦਪੁਰ ਸਾਹਿਬ ਛੱਡਿਆ ਸਰਸਾ ਨਦੀ ਦੇ ਕਿਨਾਰੇ ਇੰਨੀ ਭਿਆਨਕ ਜੰਗ ਹੁੰਦੀ ਵਿੱਚ ਆਸਾ ਦੀ ਵਾਰ ਦਾ ਜਿਹਨੇ ਕੀਰਤਨ ਕੀਤਾ ਉਹਦਾ ਇਤਿਹਾਸ ਤੇ ਉਪਰੰਤ ਮੇਰੇ ਪਾਤਸ਼ਾਹ ਕਥਾ ਕਰਦੇ ਬਾਣੀ ਦੀ ਕਥਾ ਖੁਦ ਕਰਦਾ ਜਰਾ ਅੰਤਰਮੁਖੀ ਹੋ ਕੇ ਸੋਚੋ ਗੁਰਮੁਖ ਪਿਆਰਿਓ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜਦੋਂ ਕਥਾ ਕਰਦੇ ਹੋਣਗੇ ਬੇਨਤੀ ਜਰਾ ਧਿਆਨ ਨਾਲ ਸਰਵਣ ਕਰਿਓ ਆ ਜਿਹੜੀਆਂ ਸੰਗਤਾਂ ਮੂਹਰੇ ਬੈਠੀਆਂ ਸੀ ਕਹਿਣ ਲੱਗੇ ਸਤਿਗੁਰੂ ਜੀ ਪੱਥਰ ਹੈ ਸਤਿਗੁਰੂ ਪੱਥਰ ਹੈ ਭਾਈ ਆਦਮ ਸਿੰਘ ਜੀ ਨੂੰ ਹੁਕਮ ਕੀਤਾ ਤੀਜਾ ਸਵਾਲ ਸੰਗਤ ਜੀ ਦਰਸ਼ਨਾ ਕਰੋ ਇਹ ਪੱਥਰ ਕਿਉਂ ਡੁੱਬ ਗਿਆ ਜਰਾ ਬੇਨਤੀ ਧਿਆਨ ਨਾਲ ਸਰਵਣ ਕਰਿਓ ਇਹ ਪੱਥਰ ਕਿਉਂ ਡੁੱਬ ਗਿਆ ਇਹ ਸਤਿਗੁਰਾਂ ਦੀ ਹਜ਼ੂਰੀ ਚ ਭਾਈ ਨੰਦ ਲਾਲ ਜੀ ਬਹਿੰਦੇ ਸਨ ਸਾਗਰਾਂ ਦੀ ਦਰਸ਼ਨਾ ਕਿਉਂ ਪੱਥਰ ਕਿਉਂ ਡੁੱਬਿਆ ਧਿਆਨ ਦੇ ਗੁਰਮੁਖੋ ਭਾਈ ਨੰਦ ਲਾਲ ਜੀ ਬਿਆਨ ਵਿੱਚ ਕਹਿੰਦੇ ਮੇਰੇ ਪਾਤਸ਼ਾਹ ਇਹ ਪੱਥਰ ਕਾਰਨ ਡੁੱਬਿਆ ਇਹਦਾ ਧੋਸਾਹੁਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਜੋ ਆਪਾਂ ਨੂੰ ਅਲਾਹੀ ਬਾਣੀ ਦੇ ਕੀਰਤਨ ਦੇ ਨਾਲ ਨਿਹਾਲ ਕਰਨਗੇ Thank you.
ਦੀ ਤਿੰਨ ਨਵੀਆਂ ਦੇ ਮਾਲਕ ਬਚਿੱਤਰ ਨਾਟਕ ਦੇ ਵਿੱਚ ਸਤਿਗੁਰੂ ਜੀ ਪਰਮਾਉਂਦੇ ਨੇ ਆਪਣੇ ਆਪਣੀ ਕਥਾ ਸਾਨੂੰ ਤਪ ਹੱਥ ਜਿਹੇ ਵਿੱਚ ਮਿਲਿਆ ਹੈ।